अगले मुए से पाछे परे जो उबरे से बंद लाक खरे जे तंदे मैं ओय लपटाए उनते दोगुण दिड़ी उन्माए। वाहिगुरु जी का खालसा वाहिगुरु जी की फतेह। गुरु रूप गुरु खालसा साध संगत जियो। अपने बहुत ही वड़े भाग हैं जो कि आपू आदि श्री गुरु ग्रंथ साहब जी की अमर कथा सरवण करन दा सौभाग समा प्राप्त होया है जी। सो सारियां संगतां मन चित बुद्ध नू एकागर करो, ध्यान नाल सरवण करना करो जी। गौड़ी गुआरे महला पंजवा अगले मुए से पाछे परे जड़े अगे भाव पहला पिता पितामा आद मरे सन ओ तां पिछे पै गए हन। भाव उन्हां दा चेता ही भुला दिता है कि हुण उन्हां दा की नाम लेना है। Those who have died have been forgotten. जो उबरे से बंद लाक खरे जेड़े बचे हुए हन ओ कमर बन के खड़े हन। भाव कहिंदे हन कि साडे दादे पड़दादे माया नहीं कमा सके, असी उस नाल वध कमा के दिखावांगे। Those who survive have fastened their belt. जेह तंदे मैं ओए लपटाए जिस व्यवहारां विच ओ फासे होए हन। दे आर बिजली ऑक्यूपाइड इन देयर अफेयर्स उनते दुगना दिड़ी उन्माए। उन्ना नालों दो गुणा वध भाव दूनी माया उन्ना ने एकत्रित करनी दृढ़ कीती होई है। दे क्लाइंग ट्वाइज एज हार्ड टू माया ओ बेला कछ चीत नया। इस जीव दे ताई ओ अंत दा समा कुछ चित विच नहीं आउंदा। No one think of time of death. Bin sajaye ta hul pata vair hao. Jede maiki padarth naas ho jaan wale han. Jinne padarthan balo naas ho ke chala jaana hai. Unna padarthan vich hi fasya renda hai rahao. People grasp to hold that which shall pass away. Pause. Asa bandi murakh deh. Is murakh jeev ne naashwant sansar vich apni dehi di sada sthirta roop ameed banni hui hai. Jaisa ke satguru ji asa raag de vich 423 number ang te kuj inj bayan kar de han. आसा आस करे सब कोई हुक्म बुझे निराशा होई। द फूल देयर बॉडीज आर बाउंड डाउन बाय डिजायर्स काम क्रोध लपट्यो असनेह काम वासना अते गुस्से विच अते संबंधियां दे प्रेम विच लपट्या होया है फसिया होया है। ऐसा मोहिया है के सिर ऊपर ठाडो तर मराए इस दे सिर ऊपर धर्म राजा भाव जमदूत खड़ा है। ग्रेटियस जज ऑफ धर्मा स्टैंड ओवर देयर हेड मीठी कर कर विख्या खाए पर जहर रूप माया नु मिठी मन करके खाना कर रहा है। विषय नु
ਭੋਗਣ ਵਿੱਚ ਲੱਗਾ ਹੋਇਆ ਹੈ। ਬਲੀਵਿੰਗ ਇਟ ਟੂ ਬੀ ਸਵੀਟ ਦ ਫੂਲ ਈਟ ਪੋਇਜ਼ਨ। ਹਾਂ ਬੰਦ ਹਾਂ ਸਾਧ ਬੈਰ। ਫਿਰ ਹੰਕਾਰ ਵਿੱਚ ਕਹਿੰਦਾ ਹੈ ਕਿ ਮੈਂ ਜੇ ਚਾਹਾਂ ਤਾਂ ਕਿਸੇ ਨੂੰ ਵੀ ਬੰਨ ਲਵਾਂ, ਕੈਦ ਕਰ ਲਵਾਂ ਅਤੇ ਮੈਂ ਆਪਣੇ ਵੱਡਿਆਂ ਦਾ ਵੈਰ ਭਾਵ ਬਦਲਾ ਸਾਧ ਸਕਦਾ ਹਾਂ, ਭਾਵ ਆਪਣਾ ਵੈਰ ਲੈ ਸਕਦਾ ਹਾਂ। ਦਿਸ ਆਈ ਸ਼ਾਲ ਟਾਈ ਅਪ ਮਾਈ ਐਨੀਮੀ ਆਈ ਐਂਡ ਆਈ ਸ਼ਾਲ ਕੱਟ ਹਿਮ ਡਾਊਨ। ਹਮਰੀ ਭੂਮ ਕੌਣ ਕਾਲੇ ਪੈਰ। ਮਾਣ ਕਰਦਾ ਹੈ ਕਿ ਮੇਰੀ ਭੂਮੀ ਭਾਵ ਜ਼ਮੀਨ ਵਿੱਚ ਕਿਹੜਾ ਕਦਮ ਪਾਉਂਦਾ ਹੈ, ਪਾ ਸਕਦਾ ਹੈ। ਹੂ ਡੇਅਰ ਟੂ ਸੈਟ ਫੁੱਟ ਅਪਾਨ ਮਾਈ ਲੈਂਡ। ਹਾਂ ਪੰਡਿਤ ਹਾਂ ਚਤੁਰ ਸਿਆਣਾ, ਮੈਂ ਵਿੱਦਿਆ ਪੜ੍ਹਿਆ ਹਾਂ, ਵਿੱਦਿਆ ਪੜ੍ਹਿਆ ਹੋਇਆ ਪੰਡਿਤ ਵਿਦਵਾਨ ਹਾਂ। ਮੈਂ ਹੀ ਦੁਨੀਆਂ ਵਿੱਚ ਚਰਚੇ ਕਰਨ ਵਿੱਚ ਚਤੁਰ ਹਾਂ ਅਤੇ ਵਿਹਾਰਾਂ ਵਿੱਚ ਸ਼ਾਸਤਰ ਗਿਆਨ ਵਿੱਚ ਸਿਆਣਾ ਹਾਂ। ਆਈ ਐਮ ਲਰਨਡ ਆਈ ਐਮ ਕਲੈਵਰ ਐਂਡ ਵਾਈਸ। ਕਰਨਾ ਹਾਰ ਨਾ ਬੁਝੇ ਬੇਗਾਨਾ। ਇਸ ਪ੍ਰਕਾਰ ਬਿਨਾਂ ਗਿਆਨ ਤੋਂ ਬੇਗਿਆਤ ਹੋ ਕੇ ਸਾਰੇ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਹੈ। ਦ ਇਗਨੋਰੈਂਟ ਵੰਸ ਡੂ ਨਾਟ ਰਿਕੋਗਨਾਈਜ਼ ਦੇਅਰ ਕ੍ਰੀਏਟਰ। ਆਪਣੀ ਗੱਤ ਮਿਤ ਆਪੇ ਜਾਣੈ। ਵਾਹਿਗੁਰੂ ਆਪਣੀ ਪ੍ਰਾਪਤੀ ਦੀ ਮਰਿਆਦਾ ਨੂੰ ਆਪੇ ਹੀ ਜਾਣਦਾ ਹੈ। ਦ ਲਾਰਡ ਹਿਮਸੈਲਫ ਨੋ ਹਿਜ ਓਨ ਸਟੇਟ ਐਂਡ ਕੰਡੀਸ਼ਨ। ਕਿਆ ਕੋ ਕਹੈ ਕੇ ਆਖ ਵਖਾਨੈ। ਕੋਈ ਅੱਗੇ ਨੂੰ ਸ਼ਾਸਤਰ ਨਾਲ ਕਹੇਗਾ ਕਿ ਹੁਣ ਵਰਤਮਾਨ ਸਮੇਂ ਵਿੱਚ ਵੀ ਅਖਾਣਾ ਪੁਰਾਣਾ ਦੁਆਰਾ ਕੀ ਕੋਈ ਆਖ ਕੇ ਕਥਨ ਕਰ ਸਕਦਾ ਹੈ? ਕੀ ਕੋਈ ਵਰਤਮਾਨ ਸਮੇਂ ਵਿੱਚ ਹੁਣ ਕਹੇ ਕਿ ਕੋਈ ਭਵਿੱਖ ਦੇ ਸਮੇਂ ਨੂੰ ਕਹਿ ਕੇ ਕਥਨ ਕਰੇਗਾ? ਵਟ ਕੈਨ ਐਨੀਵਨ ਸੇ ਹਾਊ ਕੈਨ ਐਨੀਵਨ ਡਿਸਕ੍ਰਾਈਬ ਹਿਮ। ਜਿਤ ਜਿਤ ਲਾਭ ਤਿਤ ਤਿਤ ਲਗਨਾ। ਹੇ ਮਹਾਰਾਜ ਜੀ, ਜੀਵਾਂ ਦੀ ਕਰਨੀ ਅਨੁਸਾਰ ਜਿਸ ਜਿਸ ਪਾਸੇ ਤੁਸੀਂ ਲਾਉਣਾ ਕਰਦੇ ਹੋ ਉਹ ਉਸ ਉਸ ਪਾਸੇ ਜੀਵਾਂ ਨੇ ਲੱਗਣਾ ਕੀਤਾ ਹੈ। ਵਟਐਵਰ ਹੀ ਅਟੈਚਡ ਅਸ ਟੂ ਦੈਟ ਵੀ ਆਰ ਅਟੈਚਡ। ਆਪਣਾ ਭਲਾ ਸਭ ਕਾਹੂ ਮੰਗਣਾ। ਸਾਰੇ ਆਪਣਾ ਸੁੱਖ ਤਾਂ ਕਿਸੇ ਨੇ ਹੀ ਮੰਗਣਾ ਕੀਤਾ ਹੈ। ਪਲੀਜ਼ ਗਿਵ ਮੀ ਐਵਰੀ ਵਨ ਬੈਕ ਫਾਰ ਦੇਅਰ ਓਨ ਗੁੱਡ। ਸਭ ਕਿਛ ਤੇਰਾ ਤੂੰ ਕਰਨਾ ਹਾਰ। ਹੇ ਮਹਾਰਾਜ, ਸਾਰਾ ਕੁਝ ਤੁਹਾਡਾ ਹੀ ਹੈ ਅਤੇ ਤੁਸੀਂ ਹੀ ਜਗਤ ਨੂੰ ਪੈਦਾ ਕਰਨ ਵਾਲੇ ਹੋ। ਐਵਰੀਥਿੰਗ ਯੂ ਆਰ ਦ ਕ੍ਰੀਏਟਰ ਲਾਰਡ। ਅੰਤ ਨਾਹੀਂ ਕਿਛ ਪਾਰ ਵਾਰ। ਤੁਹਾਡੇ ਪਾਰ ਉਰਵਾਰ ਹੱਦ ਦਾ ਲੋਕ ਪ੍ਰਲੋਕ ਕਰਕੇ ਕੁਝ ਥੋੜੇ ਮਾਤਰ ਵੀ ਕਿਸੇ ਕੋਲੋਂ ਅੰਤ ਨਹੀਂ ਪਾਇਆ ਜਾਂਦਾ। ਯੂ ਹੈਵ ਨੋਟ ਐਂਡ ਆਰ ਲਿਮੀਨੇਸ਼ਨ। ਦਾ ਸਪਨੇ ਕਦੀ ਜੈ ਜਾਨ। ਹੇ ਮਹਾਰਾਜ, ਸਾਨੂੰ ਆਪਣੇ ਸੇਵਕਾਂ ਨੂੰ ਅੰਮ੍ਰਿਤ ਨਾਮ ਦਾ ਦਾਨ ਦੇਣਾ ਕਰੋ। ਪਲੀਜ਼ ਗਿਵ ਦ ਗਿਫਟ ਟੂ ਯੂਅਰ
ਸਰਵਨ ਕਬ ਹੁਨ ਵਿਸਰੈ ਨਾਨਕ ਨਾਮ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਕਹੇ ਮਹਾਰਾਜ ਤੁਹਾਡਾ ਅੰਮ੍ਰਿਤ ਨਾਮ ਸਾਨੂੰ ਕਦੇ ਵੀ ਭੁੱਲੇ ਨਾ। ਦੈਟ ਨਾਨਕ ਮਾਈਟ ਨੈਵਰ ਫੋਰਗੈਟ ਦ ਨਾਮ। ਗੌੜੀ ਗੁਆਰੇਰੀ ਮਹਲਾ ਪੰਜਵਾ, ਅਨਕ ਜਤਨ ਨਹੀਂ ਹੋਤ ਛੁਟਾਰ। ਨਾਮ ਤੋਂ ਬਿਨਾਂ ਅਨੇਕਾਂ ਉਪਾਅ ਕਰਨ ਨਾਲ ਸੰਸਾਰ ਬੰਧਨਾਂ ਤੋਂ ਛੁਟਕਾਰਾ ਨਹੀਂ ਹੁੰਦਾ। ਬਾਏ ਆਲ ਸੋਰਟ ਆਫ ਐਫਰਟ ਪੀਪਲ ਡੂ ਨਾਟ ਫਾਈਂਡ ਸਲਵੇਸ਼ਨ। ਬਹੁਤ ਸਿਆਣਪ ਅਗਲ ਪਾਰਾ, ਬਹੁਤ ਜ਼ਿਆਦਾ ਬੁੱਧੀ ਦੀਆਂ ਚਤੁਰਾਈਆਂ ਨਾਲ ਪਰਲੋਕ ਵਿੱਚ ਬਹੁਤ ਸਾਰਾ ਪਾਪਾਂ ਦਾ ਭਾਰ ਪੈ ਜਾਂਦਾ ਹੈ। ਪਾਪਾਂ ਦਾ ਭਾਰ ਆ ਕੇ ਗਲ ਵਿੱਚ ਪੈ ਜਾਂਦਾ ਹੈ, ਜੈਸਾ ਕਿ ਸਤਿਗੁਰੂ ਜੀ ਅੰਗ ਨੰਬਰ 265 ਅਤੇ 66 'ਤੇ ਕੁਝ ਇੰਝ ਬਿਆਨ ਕਰਦੇ ਹਨ। ਬਹੁਤ ਸਿਆਣਪ ਜਮਕਾ ਪਾ ਵਿਆਪੈ, ਥਰੋ ਕਲੈਵਰ ਟ੍ਰਿਕ ਦ ਵੇਟ ਆਫ ਇਜ ਓਨਲੀ ਪਿਲਡ ਔਨ ਮੋਰ ਐਂਡ ਮੋਰ। ਹਰ ਕੀ ਸੇਵਾ ਨਿਰਮਲ ਹੇਤ, ਹੇ ਭਾਈ ਪਰਮੇਸ਼ਰ ਦੀ ਭਗਤੀ ਰੂਪੀ ਟਹਿਲ ਉੱਜਲ ਅਤੇ ਸਾਰਿਆਂ ਨਾਲ ਪਿਆਰ ਕਰਨ ਵਾਲੀ ਹੈ। ਉੱਜਲ ਪਰਮੇਸ਼ਰ ਨਾਲ ਮਾਇਆ ਦੀ ਮੈਲ ਤੋਂ ਰਹਿਤ ਹੋ ਕੇ ਜੋ ਪ੍ਰੇਮ ਕਰਨਾ ਹੈ, ਇਹ ਹਰੀ ਦੀ ਸੇਵਾ ਹੈ। ਸਰਵਿੰਗ ਦ ਲਾਰਡ ਵਿਦ ਦ ਪਿਓਰ ਹਾਰਟ, ਪ੍ਰਭ ਕੀ ਸੋਭਾ ਪ੍ਰਭ ਕੀ ਦਰਗਹਿ ਸੋਭਾ ਸੇਤ। ਭਗਤੀ ਕਰਕੇ ਪ੍ਰੇਮ ਕਰਕੇ ਹੀ ਪਰਮੇਸ਼ਰ ਦੀ ਦਰਗਾਹ ਸੱਚਖੰਡ ਵਿੱਚ ਉਜਲੀ ਜਸ ਵਡਿਆਈ ਹੁੰਦੀ ਹੈ। ਵਾਹਿਗੁਰੂ ਦੀ ਦਰਗਾਹ ਵਿੱਚ ਗੁਰਮੁਖ ਜਨ ਸ਼ੋਭਾ ਵਾਲੇ ਹੁੰਦੇ ਹਨ ਅਤੇ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ, ਜੈਸਾ ਕਿ ਅੰਗ ਨੰਬਰ 1097 ਤੇ ਇੰਜ ਫੁਰਮਾਨ ਕਰਦੇ ਹਨ। ਐਸੀ ਸ਼ੋਭਾ ਜਨੈ ਕੀ ਜੇ ਵਡ ਹਰ ਪ੍ਰਤਾਪੈ। ਸਤਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੀ ਕੀਰਤੀ ਕਰਨੀ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਪੁਲ ਦੀ ਨਿਆਈ ਹੈ। ਗੁਰਮੁਖਾਂ ਦਾ ਜੀਵਨ ਪੁਲ ਦੀ ਨਿਆਈ ਹੁੰਦਾ ਹੈ, ਜਿਨ੍ਹਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਸੱਚਖੰਡ ਦਰਬਾਰ ਵਿੱਚ ਸ਼ੋਭਾ ਦੇ ਸਹਿਤ ਹੋਈਦਾ ਹੈ। ਮਨ ਮੇਰੇ ਗਹ ਹਰ ਨਾਮ ਕਾ ਓਲਾ, ਹੇ ਮੇਰੇ ਪਿਆਰੇ ਮਨਾ, ਹਰੀ ਪਰਮੇਸ਼ਰ ਦਾ ਨਾਮ ਆਸਰਾ ਰੂਪ ਹੈ, ਉਸਨੂੰ ਗ੍ਰਹਿਣ ਕਰ। ਅਰਬੀ ਵਿੱਚ ਓਲਾ ਪੜਦੇ ਨੂੰ ਕਹਿੰਦੇ ਹਨ। ਹੇ ਮੇਰੇ ਮਨਾ, ਹਰੀ ਦਾ ਨਾਮ ਹੀ ਤੇਰਾ ਲੋਕ ਪ੍ਰਲੋਕ ਵਿੱਚ ਪੜਦਾ ਰੂਪ ਹੈ, ਉਸਨੂੰ ਗ੍ਰਹਿਣ ਕਰ। ਅਰਬੀ ਵਿੱਚ ਓਲਾ ਸੁੰਦਰ ਨੂੰ ਵੀ ਕਿਹਾ ਕਰਦੇ ਹਨ। ਹੇ ਮੇਰੇ ਮਨਾ, ਹਰੀ ਪਰਮੇਸ਼ਰ ਦਾ ਨਾਮ ਸੁੰਦਰ ਰੂਪ ਹੈ, ਉਸਨੂੰ ਗ੍ਰਹਿਣ ਕਰ। ਓ ਮਾਈ ਮਾਈਂਡ ਹੋਲਡ ਟਾਈਟ ਟੂ ਦ ਸਪੋਟ ਆਫ ਦ ਲਾਰਡਸ ਨੇਮ। ਤੁਝੇ ਨਾ ਲਾਗੈ ਤਾਤਾ ਚੋਲਾ ਰਹਾਓ, ਜਿਸ ਕਰਕੇ ਤੈਨੂੰ ਦੁੱਖ ਵਿਕਾਰਾਂ ਨਰਕਾਂ ਦਾ ਤੱਤਾ ਸੇਕ ਰੂਪ ਬੁੱਲਾ ਨਹੀਂ ਲੱਗੇਗਾ। ਮਾਤਾ ਦੇ ਗਰਭ ਵਿੱਚ ਤੱਤਾ ਸੇਕ ਰੂਪ ਬੁੱਲਾ ਨਹੀਂ ਲੱਗੇਗਾ, ਠਹਿਰਾਓ। ਦ ਹਾਟ ਵਿੰਡ ਸ਼ੈਲ ਨੈਵਰ ਈਵਨ ਟੱਚ ਯੂ ਪੌਜ਼, ਜਿਉਂ ਬੋਹਿਥ ਪੈ ਸਾਗਰ ਮਾਹੇ। ਇਸਦਾ ਦ੍ਰਿਸ਼ਟਾਂਤ ਇਸ ਪ੍ਰਕਾਰ ਹੈ, ਜਿਸ ਪ੍ਰਕਾਰ ਪੈਦਾ ਇੱਕ ਸਾਗਰ ਸਮੁੰਦਰ ਵਿੱਚ ਕਿਸੇ ਡੁੱਬਦੇ ਨੂੰ ਜਹਾਜ਼ ਰੱਖਿਅਕ ਹੁੰਦਾ ਹੈ, ਦਾ ਦ੍ਰਿਸ਼ਟਾਂਤ ਇਸੇ ਪ੍ਰਕਾਰ ਪੈਦਾ ਇੱਕ ਸੰਸਾਰ ਸਾਗਰ ਵਿੱਚ
ਪਦਾਰਥਾਂ ਰੂਪ ਪਾਣੀ ਵਿੱਚ ਡੁੱਬਦੇ ਹੋਏ ਜੀਵ ਨੂੰ ਤਾਰਨ ਵਾਲਾ ਪਰਮੇਸ਼ਰ ਦਾ ਨਾਮ ਰੂਪ ਜਹਾਜ ਹੈ। ਲਾਈਕ ਅ ਬੋਟ ਇਨ ਦ ਓਸ਼ੀਅਨ ਆਫ ਫੀਅਰ, ਅੰਧਕਾਰ ਦੀਪਕ ਦੀਪਾ ਹੈ। ਜਿਵੇਂ ਬਹੁਤ ਹਨੇਰੇ ਵਿੱਚ ਦੀਵਾ ਪ੍ਰਕਾਸ਼ ਕਰਦਾ ਹੈ, ਇਸੇ ਪ੍ਰਕਾਰ ਅਗਿਆਨ ਦੇ ਹਨੇਰੇ ਵਿੱਚ ਪਰਮੇਸ਼ਰ ਦਾ ਨਾਮ ਰੂਪ ਦੀਵਾ ਜੀਵ ਦੇ ਅੰਤਸ਼ਕਰਨ ਵਿੱਚ ਪ੍ਰਕਾਸ਼ ਕਰਦਾ ਹੈ। ਲਾਈਕ ਅ ਲੈਂਪ ਵਿੱਚ ਇਲੂਮੀਨਾਈਜ਼ ਦ ਡਾਰਕਨੈਸ, ਅਗਨ ਸੀਤ ਕਾਲਾ ਹਸ ਦੁੱਖ। ਜਿਵੇਂ ਅੱਗ ਨਾਲ ਠੰਡ ਦਾ ਦੁੱਖ ਲੈ ਜਾਂਦਾ ਹੈ, ਇਵੇਂ ਪਰਮੇਸ਼ਰ ਦਾ ਨਾਮ ਅੱਗ ਦੀ ਨਿਆਈ ਹੈ ਜੋ ਪਾਪਾਂ ਦੇ ਪਾਲੇ ਰੂਪੀ ਦੁੱਖ ਨੂੰ ਲਾਹਾ ਦੇਣ ਵਾਲਾ ਹੈ, ਮੇਟ ਦੇਣ ਵਾਲਾ ਹੈ। ਲਾਈਕ ਫਾਇਰ ਵਿਚ ਟੇਕ ਅਵੇ ਦ ਪੇਨ ਆਫ ਕੋਲਡ, ਨਾਮ ਜਪਤ ਮਨ ਹੋਵਤ ਸੁਖ। ਪਰਮੇਸ਼ਰ ਦਾ ਨਾਮ ਜਪਣ ਕਰਕੇ ਮਨ ਸੁਖੀ ਹੋ ਜਾਂਦਾ ਹੈ, ਮਨ ਵਿੱਚ ਪੂਰਨ ਸੁੱਖ ਪ੍ਰਾਪਤ ਹੁੰਦਾ ਹੈ। ਜਸਟ ਸੋ ਚੈਂਟਿੰਗ ਦ ਨੇਮ ਦ ਮਾਇੰਡ ਬਿਕਮ ਪੀਸਫੁਲ, ਉਤਰ ਜਾਏ ਤੇਰੇ ਮਨ ਕੀ ਪਿਆਸ। ਹੇ ਪਿਆਰਿਆ, ਤੇਰੇ ਮਨ ਵਿੱਚ ਪਦਾਰਥਾਂ ਦੀ, ਵਿਸ਼ੇ ਵਿਕਾਰਾਂ ਦੀ, ਤ੍ਰਿਸ਼ਨਾ ਦੀ ਤ੍ਰੇਹ ਹੈ, ਇਹ ਸਾਰੀ ਲੈ ਜਾਵੇਗੀ ਭਾਵ ਨਾਸ਼ ਹੋ ਜਾਵੇਗੀ। ਦ ਥਰਸਟ ਆਫ ਯੂਅਰ ਮਾਇੰਡ ਸ਼ੈਲ ਬੀ ਕੁਇੰਚਡ, ਪੂਰਨ ਹੋਵੇ ਸਗਲੀ ਆਸ, ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਐਂਡ ਆਲ ਹੋਪ ਸ਼ੈਲ ਬੀ ਫੁਲਫਿਲਡ, ਨਾਮ ਔਖਦ ਡੋਲੇ ਨਹੀਂ ਤੁਮਾਰਾ ਚੀਤ। ਹੇ ਭਾਈ, ਪਦਾਰਥਾਂ ਆਦਿ ਨੂੰ ਵੇਖ ਕੇ ਸੰਸਾਰ ਦੇ ਭੈ ਆਦਿ ਵਿੱਚ ਤੇਰਾ ਚਿੱਤ ਡੋਲੇਗਾ ਨਹੀਂ, ਭਾਵ ਚਿੱਤ ਅਡੋਲ ਹੋ ਜਾਵੇਗਾ। ਯੂਅਰ ਕੰਸੀਸੀਅਸ ਸ਼ੈਲ ਨਾਟ ਵੇਵਰ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ। ਹੇ ਮਿੱਤਰ ਸੱਜਣਾ, ਗੁਰਮੁਖ ਜਨਾਂ ਦੀ ਸੰਗਤ ਕਰਕੇ ਮ੍ਰਿਤ ਰੂਪ ਨਾਸ਼ ਨੂੰ ਜਪਣਾ ਕਰ। ਮੈਡੀਟੇਟ ਔਨ ਦ ਅੰਬਰਸੀਅਲ ਨਾਮ ਐਸ ਗੁਰਮੁਖ। ਓ ਮਾਈ ਫਰੈਂਡ, ਨਾਮ ਔਖਦ ਸੋਈ ਜਨ ਪਾਵੈ। ਹੇ ਭਾਈ, ਨਾਮ ਰੂਪੀ ਦਵਾਈ ਉਹ ਪੁਰਖ ਹੀ ਪਾ ਸਕਦਾ ਹੈ, ਕਰ ਕਿਰਪਾ ਜਿਸ ਆਪ ਦਿਵਾਵੈ। ਜਿਸ ਨੂੰ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰਕੇ ਵਸ ਜਾਂਦਾ ਹੈ। ਵਨ ਹੂਜ ਹਾਰਟ ਇਜ਼ ਫਿਲਡ ਵਿਦ ਦ ਨੇਮ ਆਫ ਦ ਲਾਰਡ, ਹਰ ਹਰ ਦੁੱਖ ਦਰਦ ਤੇਹ ਨਾਨਕ ਨਾਸੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਉਸ ਦਾ ਜੰਮਣ ਮਰਨ ਰੂਪ ਦੁੱਖ ਅਤੇ ਅਵਿਦਿਆ ਆਦਿ ਦੀ ਪੀੜਾ ਸਭ ਨਸ ਜਾਂਦੀ ਹੈ, ਨਾਸ ਹੋ ਜਾਂਦੀ ਹੈ ਜੀ। ਓ ਨਾਨਕ, ਹਿਸ ਪੇਨ ਐਂਡ ਸੋਰੋ ਆਰ ਇਲੀਮੀਨੇਟਡ, ਗਾੜੀ ਗੁਆਰੇਰੀ ਮਹਲਾ ਪੰਜਵਾ। ਬਹੁਤ ਦਰਬ ਕਰ ਮਨ ਨਾ ਗਾਨ, ਬਹੁਤ ਸਾਰਾ ਧਨ ਇਕੱਠਾ ਕਰਕੇ ਕਿਸੇ ਦਾ ਮਨ ਨਹੀਂ ਰੱਜਦਾ, ਤ੍ਰਿਪਤ ਨਹੀਂ ਹੁੰਦਾ। ਇਵਨ ਵਿਦ ਵਾਸਟ ਸਮ ਆਫ ਵੈਲਥ ਦ ਮਾਇੰਡ ਇਜ਼ ਨਾਟ ਸੈਟਿਸਫਾਈਡ। ਇਸੇ ਤੁਕ ਅਨੁਸਾਰ ਢੁਕਵੀਂ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ
ਭਾਈ ਸੰਤੋਖ ਸਿੰਘ ਜੀ ਦੁਆਰਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੀ ਹੋਈ ਮਿਲਦੀ ਹੈ। ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਦੀ ਕਲਿਆਣ ਕਰਦੇ ਹੋਏ ਲਾਹੌਰ ਵਿੱਚ ਪਹੁੰਚੇ ਤਾਂ ਉੱਥੇ ਦੁਨੀ ਚੰਦ ਜੋ ਮੰਨਿਆ ਪਰਮੰਨਿਆ ਸ਼ਾਹੂਕਾਰ ਸੀ, ਮਾਇਆ ਇਕੱਠੀ ਕਰਨ ਦਾ ਸੁਭਾਅ ਹੋਣ ਕਰਕੇ 7 ਲੱਖ ਧੱਜਾਂ ਖਜ਼ਾਨਿਆਂ ਵਿੱਚ ਹੋਣ ਕਰਕੇ ਮਕਾਨ ਦੀ ਛੱਤ 'ਤੇ 7 ਧੱਜਾਂ ਲਹਿਰਾਂ ਲਹਿਰਾ ਰਹੀਆਂ ਸਨ। ਪਰ ਫਿਰ ਵੀ ਮਾਇਆ ਦਾ ਲਾਲਚ ਜਿਉਂਦਾ ਤਿਉਂ ਸੀ। ਗੁਰੂ ਜੀ ਨੇ ਇਸ ਦੀ ਬੇਨਤੀ ਮੰਨ ਕੇ ਇਸ ਦੇ ਘਰ ਚਰਨ ਪਾਏ। ਘਰ ਵਿੱਚ ਭੋਜਨ ਛਕਣ ਵਾਲਿਆਂ ਦੀ ਭੀੜ ਦੇਖ ਕੇ ਗੁਰੂ ਜੀ ਨੇ ਪੁੱਛਿਆ ਕਿ ਇਸ ਭੀੜ ਦਾ ਕੀ ਕਾਰਨ ਹੈ। ਤਾਂ ਦੁਨੀ ਚੰਦ ਨੇ ਕਿਹਾ ਕਿ ਮੇਰੇ ਪਿਤਾ ਦਾ ਸ਼ਰਾਧ ਹੈ, ਉਸੇ ਦੇ ਨਿਮਿੱਤ ਇਹ ਭੋਜਨ ਉਸੇ ਦੇ ਨਿਮਿੱਤ ਕੀਤਾ ਗਿਆ ਹੈ। ਤਾਂ ਸੁਣ ਕੇ ਸਤਿਗੁਰਾਂ ਜੀ ਨੇ ਕਿਹਾ ਕਿ ਇਹ ਭੋਜਨ ਮੇਰੇ ਪਿਤਾ ਨੂੰ ਪਹੁੰਚ ਗਿਆ ਹੈ। ਦੁਨੀ ਚੰਦ ਕਹਿੰਦਾ ਹੈ ਕਿ ਗੁਰੂ ਜੀ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ, ਆਪ ਸਭ ਕੁਛ ਜਾਣਦੇ ਹੋ, ਕਿਰਪਾ ਕਰਕੇ ਤੁਸੀਂ ਹੀ ਦੱਸਣਾ ਕਰੋ। ਗੁਰੂ ਜੀ ਨੇ ਕਿਹਾ ਕਿ ਤੇਰਾ ਪਿਤਾ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ ਜੰਗਲ ਵਿੱਚ ਕਈ ਦਿਨਾਂ ਦਾ ਭੁੱਖਾ ਦੁਖੀ ਹੋ ਰਿਹਾ ਹੈ, ਤੂੰ ਭੋਜਨ ਲੈ ਕੇ ਜਾ, ਡਰਨ ਦੀ ਲੋੜ ਨਹੀਂ, ਤੇਰੇ ਦਰਸ਼ਨ ਕਰਕੇ ਉਸਦਾ ਭਲਾ ਹੋ ਜਾਵੇਗਾ। ਦੁਨੀ ਚੰਦ ਭੋਜਨ ਲੈ ਕੇ ਗਿਆ। ਦੁਨੀ ਚੰਦ ਨੂੰ ਦੇਖ ਕੇ ਬਘਿਆੜ ਦੀ ਜੂਨ ਵਿੱਚ ਪਏ ਹੋਏ ਉਸਦੇ ਪਿਤਾ ਨੂੰ ਗੁਰੂ ਪ੍ਰਤਾਪ ਨਾਲ ਗਿਆਨ ਹੋ ਗਿਆ, ਜਿਹੜੇ ਨੇਤਰਾਂ ਵਿੱਚ ਦੁਨੀ ਚੰਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗਿਆ ਸੀ ਜਦ ਬਘਿਆੜ ਦੀ ਜੂਨ ਵਿੱਚ ਪਏ। ਪਿਤਾ ਵੱਲ ਵੇਖਿਆ ਤਾਂ ਉਸ ਸਮੇਂ ਦੇ ਤਿਆਗ ਕੇ ਪ੍ਰਕਾਸ਼ ਰੂਪ ਦੇ ਸੂਖਮ ਸਰੀਰ ਸਹੀ ਪਿਤਾ ਵਾਲੇ ਰੂਪ ਦੇ ਵਿੱਚ ਹੀ ਹੋ ਕੇ ਧੰਨਵਾਦ ਕਰਦਾ ਕਿ ਬੇਟਾ ਜਿਹੜੇ ਨੇਤਰ ਨਾਲ ਤੂੰ ਪਰਮੇਸ਼ਰ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਆਇਆ ਹੈ, ਤੇਰੇ ਪਵਿੱਤਰ ਹੋਏ ਨੇਤਰਾਂ ਦੇ ਕਾਰਨ ਹੀ ਮੇਰੀ ਕਲਿਆਣ ਹੋ ਗਈ ਹੈ, ਹੁਣ ਤੂੰ ਵੀ ਸੇਵਾ ਕਰਕੇ ਆਪਣਾ ਜਨਮ ਸਵਾਰ ਲੈ, ਮੈਂ ਸੱਚਖੰਡ ਨੂੰ ਚੱਲਿਆ ਹਾਂ। ਤਾਂ ਦੁਨੀ ਚੰਦ ਨੇ ਕਿਹਾ ਕਿ ਪਿਤਾ ਜੀ ਇਹ ਨਖਿੱਧ ਜੂਨੀ ਤੁਸੀਂ ਕਿਵੇਂ ਪਾਈ? ਤਾਂ ਉਸਨੇ ਕਿਹਾ ਕਿ ਜਦ ਮੈਂ ਮਰਨ ਲੱਗਿਆ ਸੀ ਉਸ ਵੇਲੇ ਗਵਾਂਢੀ ਦੇ ਚੁੱਲ੍ਹੇ 'ਤੇ ਮੱਛੀ ਦਾ ਮਾਸ ਰਿੱਝਦੇ ਹੀ ਵਾਸ਼ਨਾ ਆਈ, ਮੇਰੇ ਮਨ ਵਿੱਚ ਮਾਸ ਖਾਣ ਦਾ ਸੰਕਲਪ ਪੈਦਾ ਹੋ ਗਿਆ, ਉਸ ਸਮੇਂ ਮੇਰੇ ਪ੍ਰਾਣ ਨਿਕਲ ਗਏ, ਜਿਸ ਕਾਰਨ ਹੁਣ ਮੈਨੂੰ ਮਾਸਾਹਾਰੀ ਜੀਵ ਦੀ ਜੂਨ ਪ੍ਰਾਪਤ ਹੋਈ ਸੀ। ਪਰ ਹੁਣ ਗੁਰੂ ਕਿਰਪਾ ਸਦਕਾ ਮੈਂ ਸੱਚਖੰਡ ਨੂੰ ਜਾ ਰਿਹਾ ਹਾਂ। ਇਹ ਕਹਿ ਕੇ ਦੁਨੀ ਚੰਦ ਦਾ ਪਿਤਾ ਸੱਚਖੰਡ ਨੂੰ ਚਲਾ ਗਿਆ ਅਤੇ ਦੁਨੀ ਚੰਦ ਆ ਕੇ ਸਤਿਗੁਰਾਂ ਦੇ ਚਰਨੀ ਢਹਿ ਪਿਆ ਅਤੇ ਕਹਿਣ ਲੱਗਾ, ਮਹਾਰਾਜ ਕੋਈ ਸੇਵਾ ਬਖਸ਼ੋ। ਸਤਿਗੁਰੂ ਜੀ ਨੇ ਇੱਕ ਸੂਈ ਦੇ ਕੇ ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖੀ, ਅਸੀਂ ਪ੍ਰਲੋਕ ਵਿੱਚ ਤੇ ਇੱਥੋਂ ਵਾਪਸ ਲਵਾਂਗੇ। ਉਸਨੇ ਸੂਈ ਲਿਆ ਕੇ ਆਪਣੀ ਘਰਵਾਲੀ ਨੂੰ ਫੜਾ ਦਿੱਤੀ, ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖਣਾ, ਗੁਰੂ ਜੀ ਨੇ ਪ੍ਰਲੋਕ ਵਿੱਚ ਲੈਣੀ ਹੈ। ਘਰਵਾਲੀ ਸੂਝ ਵਾਲੀ ਸੀ, ਉਸਨੇ ਕਿਹਾ ਕਿ ਪ੍ਰਲੋਕ ਵਿੱਚ ਤਾਂ ਆਪਣਾ ਸਰੀਰ ਵੀ ਨਹੀਂ ਜਾਣਾ, ਸੂਈ ਕਿਸ ਪ੍ਰਕਾਰ ਲੈ ਕੇ ਜਾਵਾਂਗੇ, ਚਲੋ ਗੁਰੂ ਜੀ ਕੋਲ ਇਸ ਗੱਲ ਦਾ ਰਹੱਸ ਪੁੱਛੀਏ। ਦੁਨੀ ਚੰਦ ਨੇ ਸੂਈ ਲਿਆ ਕੇ ਗੁਰੂ ਸਾਹਿਬ ਜੀ ਕੋਲ ਰੱਖਦੇ ਹੋਏ ਕਿਹਾ ਕਿ ਮਹਾਰਾਜ ਇਹ ਸੇਵਾ ਮੇਰੇ ਕੋਲੋਂ ਨਹੀਂ ਹੋ ਸਕਦੀ, ਕਿਉਂਕਿ ਪ੍ਰਲੋਕ ਵਿੱਚ ਤਾਂ ਮੇਰਾ ਸਰੀਰ ਵੀ ਨਹੀਂ ਜਾਵੇਗਾ, ਫਿਰ ਇਹ ਸੂਈ ਕਿਸ ਪ੍ਰਕਾਰ ਉੱਥੇ ਲੈ ਕੇ ਜਾਵਾਂਗਾ? ਤਦ ਗੁਰੂ ਜੀ ਨੇ ਕਿਹਾ, ਫਿਰ ਤੇਰਾ 7 ਧੱਜਾਂ ਦਾ ਧਨ ਕਿਵੇਂ ਜਾਵੇਗਾ? ਦੁਨੀ ਚੰਦ ਨੂੰ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਗਿਆਨ ਹੋਇਆ ਅਤੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੀ ਕਿਰਪਾ ਕਰੋ। ਤਾਂ ਗੁਰੂ ਜੀ ਨੇ ਉਹ ਸਾਰੇ ਪੈਸੇ ਦਾਨ ਪੁੰਨ ਵਿੱਚ ਖਰਚ ਕਰਾ ਕੇ ਸ਼ਰਾਧ ਆਦਰੇ ਭੁਲੇਖੇ ਵਿੱਚੋਂ ਕੱਢ ਦਿੱਤਾ, ਜਿਹੜਾ ਮਨ ਬਹੁਤ ਧਨ ਇਕੱਠਾ ਕਰਕੇ ਵੀ ਰੱਜਿਆ ਨਹੀਂ ਸੀ, ਹੁਣ ਗੁਰੂ ਉਪਦੇਸ਼ ਤੇ ਨਾਮ ਦੀ ਕਮਾਈ ਨਾਲ ਤ੍ਰਿਪਤ ਹੋ ਗਿਆ ਹੈ। ਸੋ ਇਸ ਸਾਖੀ ਤੋਂ ਭਾਵ ਹੈ ਜੋ ਪ੍ਰੋਕਤ ਤੋਂ ਕੋਈ ਸਿਧਾਂਤ ਆਇਆ ਸੀ
ਬਹੁਤ ਮਾਇਆ ਕਰਕੇ ਕੋਈ ਤ੍ਰਿਪਤ ਨਹੀਂ ਹੁੰਦਾ। ਅਨਕ ਰੂਪ ਦੇਖ ਨਹੀਂ ਪਤਿਆਨਾ। ਇਹ ਜੀਵ ਅਨੇਕ ਤਰ੍ਹਾਂ ਦੀਆਂ ਸੁੰਦਰ ਸੂਰਤਾਂ ਵੇਖ ਕਰਕੇ ਭਤੀਜਦਾ ਨਹੀਂ ਹੈ, ਭਰੋਸਾ ਨਹੀਂ ਆਉਂਦਾ, ਭਾਵ ਇੱਕ ਮੂੰਹ ਦੇਖ ਕੇ ਫਿਰ ਦੂਸਰੇ ਦਾ ਸੋਹਣਾ ਮੂੰਹ ਦੇਖਣ ਦੀ ਇੱਛਾ ਫੁਰਦੀ ਰਹਿੰਦੀ ਹੈ। ਗੇਜਿੰਗ ਅਪੋਨ ਕਾਊਂਟਲੈਸ ਬਿਊਟੀਜ਼ ਦ ਮੈਨ ਇਜ਼ ਨੋਟ ਸੈਟਿਸਫਾਈਡ। ਪੁੱਤਰ ਕਲਤਰ ਉਰਜੋ ਜਾਨ ਮੇਰੀ, ਬੇਟਾ ਇਸਤਰੀ ਪੁੱਤਰ ਦੀ ਇਸਤਰੀ ਭਾਵਨੋਂ ਆਦਿ ਵਿੱਚ ਮੇਰਾ ਕਰਕੇ ਉਲਝ ਰਿਹਾ ਹੈ, ਸਭ ਨੂੰ ਆਪਣੀ ਜਿੰਦ ਜਾਨ ਸਮਝਿਆ ਹੋਇਆ ਹੈ, ਪੁੱਤਰ ਅਤੇ ਇਸਤਰੀ ਆਦਿ ਦੇ ਮੋਹ ਵਿੱਚ ਫਸਿਆ ਹੋਇਆ ਕਹਿੰਦਾ ਹੈ ਕਿ ਇਹ ਤਾਂ ਮੇਰੀ ਜਿੰਦ ਜਾਨ ਹਨ। ਹੀ ਇਜ਼ ਸੋ ਇਨਵੋਲਵਡ ਵਿਦ ਹਿਜ ਵਾਈਫ ਐਂਡ ਸਨ, ਹੀ ਬਿਲੀਵਡ ਦੈਟ ਦੇ ਬਿਲੋਂਗ ਟੂ ਹਿਮ। ਓ ਬਿਨ ਸੈ ਓਏ ਪਸ ਮੈਂ ਟੇਰੀ। ਪਰ ਇਹ ਜੀਵ ਸਮਝਦਾ ਨਹੀਂ ਕਿ ਉਹ ਜੋ ਪਦਾਰਥ ਅੰਤ ਨੂੰ ਨਾਸ਼ ਹੋ ਜਾਣਗੇ ਤੇ ਉਸ ਸੰਬੰਧੀ ਵੀ ਅੰਤ ਨੂੰ ਸਵਾਦ ਦੀ ਢੇਰੀ ਹੋ ਜਾਣਗੇ। ਉਹ ਜੋ ਅਨੇਕਾਂ ਤਰ੍ਹਾਂ ਦੇ ਰੂਪ ਦੇਖਦਾ ਹੈ ਉਹ ਨਾਸ਼ ਹੋ ਜਾਣ ਵਾਲੇ ਹਨ, ਅਤੇ ਉਹ ਜੋ ਪੁੱਤਰ ਇਸਤਰੀ ਆਦਿਕ ਦੇ ਸਰੀਰ ਹਨ ਇਹ ਵੀ ਅੰਤ ਨੂੰ ਰਾਖ ਦੀ ਢੇਰੀ ਹੋ ਜਾਣਗੇ। That wealth shall pass away and those relative shall be reduced the ashes. ਬਿਨ ਹਰ ਭਜਨ ਦੇਖੋ ਬਿਲ ਲਾਤੇ। ਹੇ ਭਾਈ ਹਰੀ ਦੇ ਸਿਮਰਨ ਤੋਂ ਬਿਨਾਂ ਤਾਂ ਬਿਰਲਾਪ ਕਰਦੇ ਹੋਏ ਦੇਖੀਦੇ ਹਨ। ਵਿਦਆਊਟ ਮੈਡੀਟੇਟਿੰਗ ਐਂਡ ਵਾਈਬ੍ਰੇਟਿੰਗ ਆਨ ਦ ਲਾਰਡ ਦੇ ਆਰ ਕਰਾਇੰਗ ਆਊਟ ਇਨ ਪੇਨ। ਤ੍ਰਿਗ ਤਨ ਤ੍ਰਿਗ ਸੰਗ ਰਾਤੇ। ਉਹਨਾਂ ਦੇ ਸਰੀਰ ਨੂੰ ਤ੍ਰਿਕਾਰ ਹੈ, ਜਿਸ ਕਰਕੇ ਉਹ ਸਾਰੇ ਮਾਇਆ ਦੇ ਨਾਲ ਆਵ ਪ੍ਰੇਮ ਕਰਾਓ। ਦੇਅਰ ਬਸਡ ਐਂਡ ਦੇਅਰ ਵੈਲਥ ਇਜ਼ ਕਰਸਡ। ਦੇ ਆਰ ਜਿਉਂ ਬਿਗਾਰੀ ਕੈ ਸਿਰ ਦੀ ਜੈ ਜਾਮ, ਖਸਮੈ ਕੈ ਗ੍ਰਹਿ ਉਨ ਦੁੱਖ ਸਹਾਮ। ਜਿਵੇਂ ਜਿਵੇਂ ਬਿਨਾਂ ਮਜ਼ਦੂਰੀ ਤੋਂ ਕੰਮ ਕਰਨ ਵਾਲੇ ਦੇ ਸਿਰ ਉੱਪਰ ਧਨ ਦੀ ਪੰਡ ਦੇਣੀ ਕਰੇ, ਭਾਵ ਬਿਗਾਰੀ ਪੁਰਸ਼ ਧਨ ਦੀ ਪੰਡ ਆਪਣੇ ਸਿਰ ਤੇ ਚੁੱਕ ਲਵੇ, ਉਸ ਪੰਡ ਨੇ ਤਾਂ ਮਾਲਕ ਦੇ ਘਰ ਚਲੇ ਜਾਣਾ ਹੈ, ਤੇ ਉਸ ਬਿਗਾਰੀ ਨੇ ਤਾਂ ਪੰਡ ਚੁੱਕਣ ਰੂਪ ਦੁੱਖ ਹੀ ਸਹਾਰਨਾ ਕੀਤਾ ਹੈ। ਇਸ ਦਾ ਦਾਸ ਦ੍ਰਿਸ਼ਟਾਂਤ ਇਸੇ ਪ੍ਰਕਾਰ ਇਹ ਜੀਵ ਬਿਗਾਰੀ ਦੀ ਨਿਆਈ ਇਸਤਰੀ ਪੁੱਤਰ ਆਦਿ ਸੰਬੰਧੀਆਂ ਦੇ ਪਾਲਣ ਪੋਸਣ ਵਾਸਤੇ ਆਪਣੇ ਸਿਰ ਉੱਪਰ ਪਦਾਰਥਾਂ ਰੂਪ ਪੰਡ ਚੁੱਕੀ ਫਿਰਦਾ ਹੈ, ਪਰੰਤੂ ਪੁੰਨ ਕਰਮ ਖਤਮ ਹੋਣ ਤੇ ਕੁਝ ਪਦਾਰਥ ਹੋਰ ਮਾਲਕ ਪੁਰਖ ਦੇ ਕੇ ਘਰ ਚਲੇ ਜਾਂਦੇ ਹਨ। ਉਹ ਜੀਵ ਮੇਰ ਤਿਆਰ ਕਰਕੇ ਦੁੱਖ ਹੀ ਸਹਾਰਦੇ ਹਨ। ਦ ਸਰਵੈਂਟ ਕੈਰੀ ਦ ਬੈਗ ਆਫ ਮਨੀ ਔਨ ਹਿਜ ਹੈਡ, ਬਟ ਇਟ ਗੋਜ਼ ਟੂ ਹਿਜ ਮਾਸਟਰ ਹਾਈਵ ਓਨਲੀ ਪੇਨ। ਅਨਕ ਜੋ ਸੁਪਨੈ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ। ਜਿਵੇਂ ਸੁਪਨੇ ਵਿੱਚ ਕੋਈ ਗਰੀਬ ਆਦਮੀ ਪਾਤਸ਼ਾਹ ਹੋ ਕੇ ਰਾਜਗੱਦੀ ਤੇ ਬੈਠ ਜਾਵੇ, ਤੇ ਜਦੋਂ ਨੇਤਰ ਖੋਲ ਕੇ ਵੇਖਿਆ, ਭਾਵ ਜਦੋਂ ਨੀਂਦ
ਤਾਂ ਉੱਠਿਆ ਤਾਂ ਸਾਰਾ ਰਾਜ ਭਾਗ ਦਾ ਕਾਰਜ ਨਿਸਫਲ ਵਿਅਰਥ ਹੀ ਦਿਸਦਾ ਹੈ। ਇਸੇ ਪ੍ਰਕਾਰ ਜੀਵ ਸੁਪਨੇ ਦੀ ਨਿਆਈ ਸੰਸਾਰ ਵਿੱਚ ਹੰਕਾਰ ਕਰਕੇ ਬਾਦਸ਼ਾਹ ਬਣੀ ਬੈਠਾ ਹੈ, ਪਰ ਜਦੋਂ ਜਮਾਂ ਨੇ ਆ ਕੇ ਸਿਰ ਵਿੱਚ ਡੰਡਾ ਮਾਰਿਆ ਤਦੋਂ ਹੀ ਇਸ ਜੀਵ ਦੀਆਂ ਅੱਖਾਂ ਖੁੱਲਣਗੀਆਂ, ਤਾਂ ਪਤਾ ਲੱਗੇਗਾ ਕਿ ਸਾਰੇ ਕਾਰ ਵਿਹਾਰ ਵਿਅਰਥ ਹੀ ਹਨ। The man sat as a king in his dream, but when he opened his eye, he see that it was all in vain. ਜੋ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਜਿਵੇਂ ਪਰਾਇਆ ਖੇਤਾਂ ਰਾਖੀ ਕਰਨ ਵਾਲਾ ਫਸਲ ਦੀ ਰਾਖੀ ਕਰਦਾ ਹੈ, ਪਰ ਉਹ ਖੇਤ ਤਾਂ ਖੇਤਾਂ ਦੇ ਮਾਲਕ ਦਾ ਹੁੰਦਾ ਹੈ, ਤੇ ਫਸਲ ਦੀ ਕਟਾਈ ਦੇ ਮਗਰੋਂ ਉਹ ਰਾਖਾ ਉੱਠ ਕੇ ਚਲਿਆ ਜਾਂਦਾ ਹੈ, ਭਾਵ ਰਾਖਾ ਖੇਤ ਦਾ ਮਾਲਕ ਨਹੀਂ ਹੁੰਦਾ। ਇਸੇ ਪ੍ਰਕਾਰ ਜੀਵ ਰਾਖੇ ਦੀ ਨਿਆਈ ਪ੍ਰਾਇ ਖੇਤ ਰੂਪ ਇਸਤਰੀ ਪੁੱਤਰ ਆਦਿਕ ਦੀ ਰਾਖੀ ਵਾਸਤੇ ਹਉਮੈ ਕਰਕੇ ਆਪਣੇ ਮੰਨੀ ਬੈਠਾ ਹੈ, ਪਰ ਇਸ ਇਸਤਰੀ ਪੁੱਤਰ ਆਦਿਕ ਸੰਬੰਧੀਆਂ ਦੇ ਸਰੀਰ ਰੂਪੀ ਖੇਤ ਦਾ ਮਾਲਕ ਤਾਂ ਵਾਹਿਗੁਰੂ ਹੀ ਹੈ। ਇਸ ਜੀਵ ਰੂਪ ਰਾਖੇ ਨੇ ਅੰਤ ਨੂੰ ਸੰਸਾਰ ਵਿੱਚੋਂ ਉੱਠ ਕੇ ਪ੍ਰਲੋਕ ਨੂੰ ਚਲੇ ਜਾਣਾ ਹੈ। ਬਟ ਦ ਫੀਲਡ ਦ ਵਾਚਮੈਨ ਅਬਜ਼ਰਵ ਦ ਫੀਲਡ ਆਫ ਅਨਦਰ ਫੀਲਡ ਬਿਲੋਂਗ ਟੂ ਹਿਸ ਮਾਸਟਰ ਵਾਇਲ ਮਸਟ ਗੈਟ ਅਪ ਐਂਡ ਡਿਪਾਰਟ। ਉਸ ਖੇਤ ਕਾਰਨ ਰੱਖੜੈ, ਜਿਸ ਕੈ ਪਾਲੈ ਕਛੂ ਨਾ ਪੜੈ। ਉਹਨਾਂ ਖੇਤਾਂ ਵਾਸਤੇ ਰਾਖਾ ਝੂਰਦਾ ਹੈ, ਭਾਵ ਸਾਰਾ ਦਿਨ ਰਾਖੀ ਕਰਦਾ ਰਹਿੰਦਾ ਹੈ, ਪਰ ਉਸਦੇ ਪੱਲੇ ਇੱਕ ਮਜ਼ਦੂਰੀ ਤੋਂ ਬਿਨਾਂ ਕੁਝ ਵੀ ਨਹੀਂ ਰਹਿੰਦਾ। ਪਰ ਉਸਦੇ ਖੇਚਲ ਹੀ ਪੱਲੇ ਪਈ, ਹੋਰ ਕੁਝ ਨਹੀਂ। ਇਸੇ ਪ੍ਰਕਾਰ ਜੀਵ ਸਰੀਰ ਰੂਪੀ ਖੇਤਾਂ ਦੀ ਰਾਖੀ ਕਰਨ ਵਾਸਤੇ ਐਵੇਂ ਹੀ ਝੂਰਦਾ ਰਹਿੰਦਾ ਹੈ ਕਿ ਇਹ ਮੇਰੇ ਸੰਬੰਧੀ ਹਨ, ਪਰ ਅੰਤ ਵੇਲੇ ਪ੍ਰਲੋਕ ਨੂੰ ਲਿਜਾਣ ਵਾਸਤੇ ਇਸਦੇ ਪੱਲੇ ਕੁਝ ਨਹੀਂ ਪੈਂਦਾ, ਖਾਲੀ ਹੀ ਜਾਂਦਾ ਹੈ। ਹੀ ਵਰਕ ਸੋ ਹਾਰਡ ਐਂਡ ਸਫਰ ਫੋਰ ਦੈਟ ਫੀਲਡ, ਬਟ ਸਟਿਲ ਨਥਿੰਗ ਕਮ ਇਨ ਟੂ ਹਿਸ ਹੈਂਡ। ਜਿਸਕਾ ਰਾਜ ਤਿਸੈ ਕਾ ਸੁਪਨਾ ਹੈ, ਭਾਈ ਜਿਸ ਵਾਹਿਗੁਰੂ ਦਾ ਪ੍ਰਕਾਸ਼ ਹੈ ਉਸ ਦਾ ਹੀ ਸੰਸਾਰ ਰੂਪੀ ਸੁਪਨਾ ਪੈਦਾ ਕੀਤਾ ਹੋਇਆ ਹੈ। ਜਿਸ ਜੀਵ ਦਾ ਇਹੋ ਜਿਹਾ ਮਨੋ ਸੰਕਲਪ ਹੁੰਦਾ ਹੈ ਕਿ ਉਹ ਜਿਹਾ ਹੀ ਉਸਨੂੰ ਸੁਪਨਾ ਆਉਂਦਾ ਹੈ ਜਿਸਦਾ ਰਾਜ ਹੋਵੇ, ਭਾਵ ਬਹੁਲਤਾ ਹੋਵੇ, ਉਸੇ ਚੀਜ਼ ਦਾ ਸੁਪਨਾ ਆਉਂਦਾ ਹੈ। ਜਿਸ ਪ੍ਰਕਾਰ ਆਪਣੇ ਸਰੀਰ ਵਿੱਚ ਜੇਕਰ ਅੱਗ ਤੱਕ ਦੀ ਬਹੁਲਤਾ ਹੋਵੇ ਤਾਂ ਸੁਪਨੇ ਵਿੱਚ ਵੀ ਅੱਗ ਦੀ ਮੱਚਦੀ ਨਜ਼ਰ ਆਉਂਦੀ ਹੈ। ਜਦੋਂ ਆਕਾਸ਼ ਤੱਕ ਦੀ ਬਹੁਲਤਾ ਹੋਵੇ ਉਦੋਂ ਨੀਲਾ ਆਕਾਸ਼ ਹੀ, ਭਾਵ ਸਭ ਖਾਲੀ ਹੀ ਪ੍ਰਤੀਤ ਹੋਣ ਰੂਪ ਸੁਪਨਾ ਆਉਂਦਾ ਹੈ। ਜਦੋਂ ਪੌਣ ਤੱਤ ਦੀ ਬਹੁਲਤਾ ਹੋਵੇ ਉਦੋਂ ਸੁਪਨੇ ਵਿੱਚ ਹਵਾ ਵਿੱਚ ਉਡਾਰੀਆਂ ਮਾਰਦਾ ਫਿਰਦਾ ਹੈ। ਜਦੋਂ ਧਰਤੀ ਤੱਤ ਦੀ ਬਹੁਲਤਾ ਹੋਵੇ ਫਿਰ ਉਦੋਂ ਆਪਣੇ ਆਪ ਨੂੰ ਧਰਤੀ ਵਿੱਚ ਦੱਬਿਆ ਹੋਇਆ ਸੁਪਨਾ ਵੇਖਦਾ ਹੈ। ਜਦੋਂ ਪਾਣੀ ਤੱਤ ਦੀ ਬਹੁਲਤਾ ਹੁੰਦੀ ਹੈ ਉਦੋਂ ਪਾਣੀ ਵਿੱਚ ਤਾਰੀਆਂ ਲਾਉਣ ਰੂਪ ਸੁਪਨਾ ਵੇਖਦਾ ਹੈ। ਇਸੇ ਤਰ੍ਹਾਂ ਜਿਸ ਚੀਜ਼ ਵਿੱਚ ਦੀ ਬਹੁਲਤਾ ਹੋਵੇ ਉਸ ਪੁਰਖ ਦੇ ਤਾਈ ਹੋਵੇ ਉਹ ਉਸੇ ਪ੍ਰਕਾਰ ਦਾ ਸੁਪਨਾ ਆਉਂਦਾ ਹੈ। ਜਿਸ ਪੁਰਸ਼ ਦੇ
ਤਾਈ ਪਰਮੇਸ਼ਰ ਨੇ ਆਪਣਾ ਰਾਜ ਭਾਵ ਗਿਆਨ ਬਖਸ਼ਿਆ ਹੈ ਉਸ ਪੁਰਖ ਨੂੰ। ਇਹ ਸੰਸਾਰ ਸੁਪਨੇ ਦੀ ਨਿਆਈ ਪ੍ਰਤੀਤ ਹੁੰਦਾ ਹੈ। The dream in the in his and the kingdom in his ਜਿਨ ਮਾਇਆ ਦੀ ਨੀਤ ਨਲਾਈ ਤ੍ਰਿਸ਼ਨਾ ਜਿਸ ਵਾਹਿਗੁਰੂ ਨੇ ਜੀਵਾਂ ਨੂੰ ਮਾਇਆ ਦਿੱਤੀ ਹੈ ਉਸਨੇ ਪਰਖਣ ਵਾਸਤੇ ਤ੍ਰਿਸ਼ਨਾ ਲਾਈ ਹੋਈ ਹੈ। ਇਸ ਕੇ ਸਾਰੇ ਵਿੱਚ ਵਿਰਤੀ ਜੋੜਦੇ ਹਨ ਜਾਂ ਮਾਇਆ ਵਿੱਚ ਖਚਤ ਹੋ ਜਾਂਦੇ ਹਨ। ਜਿਸ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਭਗਤੀ ਰੂਪ ਮਾਇਆ ਦਿੱਤੀ ਹੈ ਉਹਨਾਂ ਭਗਤਾਂ ਨੂੰ ਆਪਣੇ ਨਾਲ ਮਿਲਣ ਦੀ ਤ੍ਰੇਹ ਲਾ ਦਿੱਤੀ ਹੈ। He who has given wealth of Maya has infused the desire for it. ਆਪ ਬਿਨਾ ਹੈ ਆਪ ਕਰੇ ਰਾਸ ਆਪੇ ਹੀ ਵਾਹਿਗੁਰੂ ਸੰਸਾਰ ਨੂੰ ਨਾਸ਼ ਕਰਨ ਵਾਲਾ ਹੈ ਤੇ ਆਪ ਹੀ ਸੰਸਾਰ ਨੂੰ ਸਜਾਉਣਾ ਕਰਦਾ ਹੈ। ਆਪ ਹੀ ਗੁਰਮੁਖ ਜਨਾਂ ਦੇ ਮਨ ਸਤ ਸੰਤੋਖ ਸ਼ਰਦ ਆਦਿਕ ਸ਼ੁਭ ਗੁਣਾਂ ਨੂੰ ਕਰਕੇ ਠੀਕ ਕਰ ਲੈਂਦਾ ਹੈ ਤੇ ਆਪ ਹੀ ਉਹਨਾਂ ਦੇ ਕੰਮ ਆਦਿਕ ਵਿਕਾਰਾਂ ਅਤੇ ਅਗਿਆਨ ਆਦਿਕ ਨੂੰ ਨਾਸ਼ ਕਰ ਦਿੰਦਾ ਹੈ। He himself annihilated and he himself restored. Nanak prab agay ardas. Satguru sahib ji kehnde han ke he bhai is karke us aise sarv kala samrath parmeshwar de agge ardas benti karni hi banji hai. Nanak offer this prayer to God. ਗਾੜੀ ਗੁਆਰੇਰੀ ਮਹੱਲਾ ਪੰਜਵਾ ਬਹੁ ਰੰਗ ਮਾਇਆ ਬਹੁਵਿਦ ਮੈਂ ਪੇਖੀ ਕਲਮ ਕਾਗਦ ਸੇ ਆਨਪ ਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਨ। ਇਸਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਸੁਣਨ ਵਾਲੀਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੈ। ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪਵਨ ਟੱਕੀ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੀਆਂ ਪੋਥੀਆਂ ਤੋਂ ਦਾਸ ਆਪ ਜੀ ਨੂੰ ਇਹ ਅਮਰ ਕਥਾ ਸਰਵਣ ਕਰਵਾ ਰਹੇ ਹਨ। ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਪਰਮੇਸ਼ਰ ਦੁਆਰ ਗਰੁੱਪ ਦੇ ਵਿੱਚ ਦਾਸ ਦੀ ਕਥਾ ਬਹੁਤ ਪਸੰਦ ਕੀਤੀ ਗਈ। ਕਰਮ ਸਰ ਰਾੜਾ ਸਾਹਿਬ ਜੀ ਗਰੁੱਪ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਵੀ ਬਹੁਤ ਬਹੁਤ ਸਨਮਾਨ ਦਿੱਤਾ ਹੈ। ਭਾਈ ਸਾਹਿਬ ਭਾਈ ਬਾਦਲਜੀਤ ਸਿੰਘ ਜੀ ਦਾ ਬਹੁਤ ਬਹੁਤ